ਲਓ ਜੀ ਝੋਨੇ ਦੀ ਕਟਾਈ 26 ਦੀ ਕਰਤੀ ਆਪਾਂ ਸ਼ੁਰੂਆਤ ਅੱਜ ਤੇ 14 ਤਰੀਕ ਨੂੰ ਪਹਿਲਾਂ ਆਪਾਂ 4 ਕਿੱਲੇ ਇੱਕ ਵੱਢ ਲਏ ਸੀਗੇ ਤੇ ਅੱਜ ਆ ਆਪਣੇ 4 ਕਿੱਲੇ ਆ ਪਏ ਆ ਇਹ ਅੱਜ ਯਾਨੀ ਕਿ ਅੱਜ ਇਹਨਾਂ ਦੀ ਸ਼ੁਰੂਆਤ ਕਰਤੀ ਆ ਹੋ ਗਿਆ ਅੱਧਾ ਘੰਟਾ ਲੱਗਿਆ ਤਾਂ 2 ਤਲੰਗ ਕਿਹੜੇ ਆ ਚੁੱਕੇ ਆ ਤੇ ਦਸ਼ਮੇਸ਼ ਮਸ਼ੀਨ ਚੱਲ ਰਹੀ ਆ ਤੇ ਜਿਹੜੀ ਪਹਿਲ ਜਿਹੜਾ ਆਈ ਸੀ ਆਪਣੇ ਕੋਲ ਆਈ ਸੀ ਪ੍ਰੀਤ ਮਸ਼ੀਨ ਉਹ ਵੀ ਆ 22 ਦੀ ਮਸ਼ੀਨ ਹੀ ਆ ਇਹ ਕੌਕੇਗਾਲ ਦਾ ਬੰਦਾ ਆਪਣੇ ਕੋਲ ਪਹੁੰਚਿਆ ਹੋਇਆ ਤੇ ਜਿਹੜਾ ਟਰਾਲਾ ਪਾਇਆ ਉਹ ਆਪਣਾ 18-7 ਪਾਇਆ ਹੋਇਆ ਟਰਾਲਾ ਮਗਰ ਅਰ ਜਾਂਦੇ ਮਗਰ ਜਿਹੜੇ ਪਹਿਲੇ ਯਾਨੀ ਕਿ 14 ਤਰੀਕ ਜਿਹੜੇ ਵੱਢੇ ਸੀ ਆਪਾਂ ਉਹ ਆਪਾਂ ਯਾਨੀ ਕਿ ਉਹ 22 ਨੇ ਮਸ਼ੀਨ ਪ੍ਰੀਤ ਭੇਜੀ ਸੀ ਅਤੇ ਅੱਜ ਆਪਾਂ ਮਸ਼ੀਨ ਭੇਜੀ ਆ ਜੀ 22 ਨੇ ਦਸ਼ਮੇਸ਼ ਅਤੇ ਨਾਲ ਹੀ ਜਿੰਨੇ ਵੀਰ ਭਰਾ ਵੀਡੀਓ ਦੇਖ ਰਹੇ ਆ ਜਿੰਨੇ ਪਰਵਾਂਤੇ ਸੱਜਣ ਵੀਡੀਓ ਦੇਖ ਰਿਹਾ ਜੀ ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਲਾਈਕ ਵੀ ਕਰਦਿਆ ਕਰੋ ਅਤੇ ਇੱਕ ਵਾਰੀ ਕਮੈਂਟ ਵਿੱਚ ਜ਼ਰੂਰ ਕਰਦਿਆ ਕਰੋ ਜਿਹੜੇ ਮਰਜ਼ੀ ਕਰਦਿਆ ਕਰੋ ਸੁਝਾਅ ਦੇ ਦਿਆ ਕਰੋ ਜੀ ਟਰਾਲਾ ਆਪਣਾ ਪਾਇਆ ਹੋਇਆ ਜੀ ਤਾਰਾ ਸਿੰਘ ਬਿਲਗਾ 18-7 ਅਤੇ ਇੱਕ ਟਰਾਲੀ ਆਪਣੇ ਕੋਲ 14-7 ਆ ਉਹ ਪਹਿਲਾਂ ਇੱਕ ਯਾਨੀ ਕਿ ਵੀ ਆਹ 18-7 ਵਾਲੀ ਪਹਿਲਾਂ ਆਪਾਂ ਯਾਨੀ ਕਿ ਵੀ ਭਰ ਲੈਣੀ ਆ ਜਿਹੜਾ ਦੂਜੀ ਟਰਾਲੀ 14-7 ਵਾਲੀ ਹੈ ਉਹ 'ਚ ਆਪਾਂ ਆਲੂ ਭਰਨੇ ਸ਼ੁਰੂ ਕੀਤੇ ਹੋਏ ਆ ਟਰਾਲੀ ਸਟੋਰ ਉੱਤੇ ਖੜ੍ਹੀ ਹੈ ਉਸ ਬਾਅਦ 'ਚ ਅਤੇ ਉਹ ਟਰਾਲੀ ਲਿਆਵਾਂਗੇ ਨਾਲ ਟਰੈਕਟਰ ਲੈ ਜਾਵਾਂਗੇ ਇਹਨਾਂ ਦੋ ਬੰਦੇ ਚਲੇ ਜਾਣਗੇ ਟਰੈਕਟਰ ਦੇ ਉੱਤੇ ਬੈਠ ਕੇ ਮੰਡੀ ਦੇ ਵਿੱਚ ਇੱਕ ਬੰਦਾ ਟਰੈਕਟਰ ਉਹ ਮੋੜ ਲਿਆਊਗਾ ਆਲੂ ਭਰੇ ਪਏ ਆ ਸਟੋਰ ਦੇ ਵਿੱਚ ਅਤੇ ਬਸ ਜਾਂਦੇ ਜਾਣ ਕੇ ਭਰ ਦੇਣੇ ਸਵੇਰ ਦੀ ਲਾਈ ਹੋਈ ਆ ਅਤੇ ਉੱਥੇ ਖੜ੍ਹੀ ਸੀਗੀ ਅਤੇ ਜਾਣ ਨੂੰ ਮੰਨ ਲਓ ਹਾਲੇ 1.5 ਘੰਟਾ ਹਾਲੇ ਹੋਰ ਲੱਗ ਹੀ ਜਾਣਾ ਹਾਲੇ ਲਾਉਂਦੇ ਕਰਦਿਆਂ ਨੂੰ ਅਤੇ ਮੰਡੀ ਮੁੰਡੀ ਜਾਂਦਿਆਂ ਨੂੰ ਕਰਦਿਆਂ ਨੂੰ ਜਗਰਾਵਾਂ ਮੰਡੀ ਆਪਣੀ ਇੱਥੇ ਕੌਂਕਿਆਂ ਤੋਂ ਯਾਨੀ ਗੁਰੂ ਸਰ ਪਿੰਡ ਤੋਂ ਗੁਰੂ ਸਰ ਕੌਂਕਿਆਂ ਤੋਂ 8-9 ਕਿਲੋਮੀਟਰ ਪੈ ਜਾਂਦੀ ਆ ਘੰਟਾ 1.5 ਘੰਟਾ ਇਹਨੇ ਲਾ ਦੇਣਾ ਅਤੇ ਅੱਧਾ ਘੰਟਾ ਹਾਲੇ ਜਾਣ ਕੇ ਟਰਾਲੀ ਇਹਨੂੰ ਭਰਨ ਵੀ ਲੱਗ ਜਾਣਾ ਯਾਨੀ ਕਿ 1.5-2 ਘੰਟੇ ਮੰਨ ਕੇ ਚੱਲੋ ਅਤੇ ਜਾਣ ਨੂੰ ਉਹਨਾਂ ਨੇ ਟਰਾਲੀ ਆਲੂ ਵਾਲੇ ਭਰ ਦੇਣੀ ਆ ਅਤੇ ਜਾਣ ਨੂੰ ਜਾਣਾ ਅਤੇ ਜਾ ਕੇ ਚਲੋ ਜੀ ਇੱਕ ਬੰਦਾ ਟਰਾਲੀ ਦਾ ਝੋਨਾ ਲਵਾ ਦੂ ਅਤੇ ਇੱਕ ਟਰੈਕਟਰ ਬੰਦਾ ਉਦੋਂ ਆਲੂ ਵਾਲਾ ਮੋੜ ਦਿਆਊ ਅਤੇ ਨਾਲ ਹੀ ਉਹ ਤੋਂ ਫਿਰ ਜਾਣਾ ਰੀਪਰ ਫੇਰ ਦੇਣਾ ਜਿਹੜੇ 14 ਤਰੀਕ ਨੂੰ ਜਿਹੜੇ ਆਪਾਂ ਵੱਢਦੇ ਸੀ ਝੋਨਾ ਉਹਦੇ 'ਤੇ ਉਹ 4 ਕਿੱਲੇ ਉੱਤੇ ਰੀਪਰ ਫੇਰ ਦਿੱਤਾ ਵਾ ਅਤੇ ਹੁਣ ਇਹਦੇ ਉੱਤੇ ਆ ਝੋਨਾ ਕਟਾਈ ਕਰਕੇ ਝੋਨੇ ਦੀ ਅਤੇ ਉਸ ਤੋਂ ਬਾਅਦ 'ਚ ਇਹਦੇ ਉੱਤੇ ਵੀ ਰੀਪਰ ਸ਼ੁਰੂ ਰੀਪਰ ਕਟਾ ਰੀਪਰ ਫੇਰ ਦੇਣਾ ਅਤੇ ਉਸ ਤੋਂ ਬਾਅਦ ਜਲਟਾਵੇਂ ਹਾਲ ਫੇਰਦੇ ਫੇਰੇ ਜਾਣਗੇ ਫਿਰ ਉਸ ਤੋਂ ਬਾਅਦ ਜਲ ਪਾਉਣ ਬਾਈ ਆਪਦੀ ਸਾਰੀ ਸ਼ੁਰੂ ਹੋ ਜਾਊਗੀ ਜਿਹੜੇ ਕਿਸੇ ਵੀਰ ਭਰਾ ਨੇ ਮਸ਼ੀਨ ਖਰੀਦਣੀ ਆ ਵੇਚਣੀ ਆ ਤਾਂ ਤੁਸੀਂ ਵੀਰ ਸੌਖੇ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਕੌਂਕੇਕਰਾਂ ਦਾ ਵੀਰ ਆ ਇਹ 9417-2222-3 ਅਤੇ ਬਾਕੀ ਵੀਰ ਕੋਲ 3-4 ਮਸ਼ੀਨਾਂ ਨੇ ਜਗਰਾਮਾ ਹਲਕੇ ਦੇ ਵਿੱਚ ਜੇ ਕਿਸੇ ਵੀਰ ਨੇ ਝੋਨੇ ਦੀ ਕਟਾਈ ਕਰਾਉਣੀ ਆ ਕਣਕ ਦੀ ਕਟਾਈ ਕਰਾਉਣੀ ਹੁੰਦੀ ਆ ਤਾਂ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ 9417-2222-3 ਦੇ ਉੱਤੇ ਬਾਕੀ ਬੈਲਗੇ ਦਾ ਟਰਾਲਾ ਵਾ ਪੂਰਾ ਵਧੀਆ ਬਣਿਆ ਹੋਇਆ 3 ਫੁੱਟ ਬੈੱਡ ਲੱਗਿਆ ਹੋਇਆ ਮੋਟੀ ਐਂਗਲ ਲਈ ਹੋਈ ਆ ਯਾਨੀ ਕਹਾੜੀ ਛੁਰੀਆਂ ਵਗੈਰਾ ਸਾਰੀਆਂ ਲਾਈਆਂ ਹੋਈਆਂ ਜਿਵੇਂ ਪੁਰਾਤਨ ਸਮਾਨ ਹੁੰਦਾ ਬਾਕੀ ਥੱਲੜੇ ਪਾਸੇ ਗਾਟਰਾਂ ਦੇ ਉੱਤੇ ਮਾਸੜੀ ਲੋਗੋ ਲਾਏ ਹੋਏ ਆ ਮਾਸੜੀ ਲੋਗੋ ਬਣਾ ਕੇ ਲਾਏ ਹੋਏ ਆ ਅਤੇ ਲੇਜ਼ਰ ਕਟਿੰਗ ਵਗੈਰਾ ਸਾਰੀ ਕੀਤੀ ਹੁੰਦੀ ਇਹਨਾਂ ਦੀ ਅਤੇ ਕਈ ਉੱਦਾਂ ਕਟਿੰਗ ਕਰਦੇ ਆ ਨਾ ਅਤੇ ਵੱਟ ਨਹੀਂ ਪਰ ਇਹ ਲੇਜ਼ਰ ਕਟਿੰਗ ਹੋਈ ਹੋਈ ਆ ਸਾਰੇ ਵੀਲ ਕੱਪ ਵਗੈਰਾ ਪੂਰੇ ਵਧੀਆ ਪਾਏ ਹੋਏ ਆ ਸੋਹਣੀ ਬੋਲਾ ਕਰੀ ਆ ਸਟਿੱਕਰ ਵਗੈਰਾ ਲਾਏ ਹੋਏ ਉਹਨਾਂ ਨੇ ਆਪ ਹੀ ਦੇਖੋ ਅਤੇ ਬਾਕੀ ਵੀਰ ਭਰਾ ਜਿਹੜੇ ਆਪਣੇ ਜਗਰਾਵਾਂ ਹਲਕੇ ਦੇ ਜਾਣੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਾਣੀ ਕਿ ਟਰਾਲੀਆਂ ਸਾਡੇ ਵੀ ਜਾਣੀ 20-22 ਫੁੱਟੀਆਂ ਬਣਾਉਣ ਲੱਗ ਗਏ 19-19 ਫੁੱਟੀਆਂ 21-21 ਫੁੱਟੀ ਬਣਾਉਣ ਲੱਗ ਗਏ ਅਤੇ ਜਲੰਧਰ ਏਰੀਏ ਵਿੱਚ ਤਾਂ ਪਹਿਲਾਂ ਹੀ 24-24 ਫੁੱਟੀਆਂ ਚੱਲਦੀਆਂ ਆ 24-26 ਫੁੱਟੀਆਂ ਮਹਿੰਦਰਾ 605 DI ਨੋਵੋ ਅਰਜਨ DX ਡਿਲਕਸ ਮਾਡਲ ਜੀ ਜੀ ਸੈਂਸ ਵਾਲਾ ਟਰੈਕਟਰ ਹੈ ਮਹਿੰਦਰਾ 57 HP ਦੇ ਵਿੱਚ ਆਉਂਦਾ 16-28 ਦੇ ਟਾਇਰ ਆਉਂਦੇ ਹਨ ਵੀਰ ਵਗੈਰਾ ਪਾਏ ਹੋਏ ਟਰੈਕਟਰ ਜ਼ੋਰ ਚੰਗਾ ਮਾਰਦਾ ਵਿਟਾਮਿਨ ਟੂਵੇ ਹਾਲਾਂ ਵਾਸਤੇ ਪੂਰਾ ਵਧੀਆ ਕਾਮਯਾਬ ਆ MRF ਦੇ ਟਾਇਰ ਆਉਂਦੇ ਆ 5 ਗੇਅਰ ਸਾਰੇ ਲੋ ਹਾਈ ਮੀਡੀਅਮ ਦੇ ਵਿੱਚ ਆ ਅਤੇ ਚੇਂਜਰ ਦੇ ਵਿੱਚ ਵੀ ਆਉਂਦਾ ਪਰ ਆਪਣੇ ਨਾਲ ਸੈਂਪਲ ਆ ਚੇਂਜਰ ਨਹੀਂ ਹੈ ਸੈਂਪਲ ਦੇ ਵਿੱਚ ਆ ਅਤੇ ਡਿਸਟ੍ਰੀਬਿਊਟਰ ਵਗੈਰਾ ਲੱਗਿਆ ਹੋਇਆ ਅਤੇ ਬਾਕੀ ਆਉਂ ਵੀ ਇਹਦਾ ਜਿਹੜੇ ਐਸੀਲੇਟਰ ਆ ਜਿਵੇਂ ਰੇਸ ਵਾਲਾ ਜਿਹਨੂੰ ਆਪਾਂ ਕਹਿ ਦਈਏ ਪੈਡਲ ਕਹਿ ਦਈਏ ਨਾ
ਇਹ ਬਹੁਤ ਵਧੀਆ ਨੇ ਇਹਨਾਂ ਦੇ, ਯਾਨੀ ਕੰਫਰਟੇਬਲ ਹੈ ਚਲਾਉਣ ਦੇ ਵਿੱਚ। ਯਾਨੀ ਕਿ ਵੀ ਇੱਥੇ ਮੰਨ ਲਓ ਪੈਰ ਰੱਖ ਲਿਆ ਤਾਂ ਜੰਪ ਨਹੀਂ ਕਰਦਾ ਇਹ, ਕਈ ਟਰੈਕਟਰ ਜੰਪ ਕਰਨ ਲੱਗ ਜਾਂਦੇ ਰੇਸ, ਜਿਵੇਂ ਗੋਲ ਰੇਸ ਹੁੰਦੀ ਹੈ ਕਈਆਂ ਦੀ, ਹੈ ਨਾ, ਪਰ ਉਹ ਵੱਟ ਨਹੀਂ, ਇਹ ਜੰਪ ਨਹੀਂ ਕਰਦਾ। ਅਤੇ ਬਾਕੀ ਬ੍ਰੇਕ ਬਰੂਕ ਵਗੈਰਾ ਬਹੁਤ ਵਧੀਆ ਨੇ, ਬ੍ਰੇਕ ਪੈਡਲ ਬਹੁਤ ਵਧੀਆ ਨੇ, ਯਾਨੀ ਕਿ ਭੇਖਾ ਜਿਹਾ ਨਹੀਂ ਪੈਂਦਾ ਗਾ, ਨਾ ਕੋਈ ਦੂਰ ਆ ਨਾ ਕੋਈ ਵਿੰਗਿਆ, ਤਾਂ ਕਈਆਂ ਦੇ ਸਿੱਧੇ ਜਿਹੇ ਆਉਂਦੇ ਨੇ, ਟਿੱਡੇ ਜਿਹੇ ਆਉਂਦੇ ਨੇ, ਬਟ ਇਹਦਾ ਜਮ੍ਹਾਂ ਸਿੱਧੇ ਨੇ, ਕੋਈ ਭੁਲੇਖਾ ਨਹੀਂ, ਕੋਈ ਕੁਛ ਨਹੀਂ। ਅਤੇ ਦਸ਼ਮੇਸ਼ 9100 ਮਸ਼ੀਨਾਂ ਬਹੁਤ ਵਧੀਆ ਇਹ, ਅਤੇ ਚੰਗੀਆਂ ਬੈਕ ਦੀਆਂ ਹਰਜੀਤ ਹੋ ਗਈ, ਜੀਤ ਹੋ ਗਈ, ਅਤੇ ਜੱਸੀ ਹੋ ਗਈ, ਜੱਸੀ ਅਤੇ ਯਾਨੀ ਹਰਜੀਤ ਤਾਂ ਪੂਰੀ ਟੋਪ ਦੀ ਆ ਨਾ, ਅਤੇ ਨਾਲ ਦਸ਼ਮੇਸ਼ ਹੋ ਗਈ, ਆਹ ਘੈਂਟ ਵੱਲਵਾਦ ਆ ਪੂਰੀ। ਅਤੇ ਜਿਵੇਂ ਹੁਣ ਮਹਿੰਦਰਾ ਅਰਜਨ ਨੋਵੋ ਟਰੈਕਟਰ, ਪਹਿਲਾਂ ਵਾਲਾ ਅਰਜਨ ਨੋਵੋ ਟਰੈਕਟਰ ਪੁਰਾਣਾ, ਯਾਨੀ 17-18 ਮਾਡਲ ਜਿਹੜਾ ਆਪਣੇ ਕੋਲ 57 HP 'ਚ ਆਉਂਦਾ ਸੀ, ਅਤੇ ਹੁਣ ਵਾਲਾ ਇਹਨਾਂ ਨੇ ਜਿਹੜਾ ਅਰਜਨ ਨੋਵੋ ਟਰੈਕਟਰ ਆ ਜਿਹੜਾ 55 HP ਦੇ ਵਿੱਚ ਕਰਤਾ, ਇਹਦੇ ਨਾਲ 55 HP ਲਿਖਿਆ ਹੋਇਆ, ਅਤੇ ਗੂਗਲ ਦੇ ਉੱਤੇ ਜਿਹੜੀ ਇਹਦੀ ਲੈਫਟ ਕਮੈਸਟੀ ਆ ਉਹ 2700 kg ਤੱਕ ਦੀ ਲਿਖੀ ਹੋਈ ਆ, ਠੀਕ ਆ ਜੀ, 2700 kg ਤੱਕ ਦੀ, ਯਾਨੀ ਕਿ ਬਹੁਤ ਜ਼ਿਆਦਾ ਹੋ ਜਾਂਦੀ ਆ ਲੈਫਟ ਕਮੈਸਟੀ 2700 kg ਤੱਕ ਦੀ। ਆਮ ਟਰੈਕਟਰਾਂ ਦੀ 2100 ਜਾਂ 2200 ਜਾਂ 2250 ਤੱਕ ਹੀ ਆਉਂਦੀ ਆ, ਪਰ ਇਹਦੀ ਲੈਫਟ ਕਮੈਸਟੀ ਆ ਜਿਹੜੀ 2600 ਅਤੇ 2700 ਦੇ ਵਿੱਚ ਆਉਂਦੀ ਆ, ਗੂਗਲ ਦੇ ਉੱਤੇ ਵੈਸੇ 2700 ਲਿਖੀ ਹੋਈ ਆ, ਤੁਹਾਨੂੰ ਆਪਾਂ ਇਹਦੀ ਸਕਰੀਨਸ਼ੋਟ ਆ ਜਿਹੜਾ ਗੂਗਲ ਦੇ ਵਾਲਾ ਉਹਨੇ ਤੇ ਆਪਾਂ ਮੈਂਸ਼ਨ ਕਰ ਦਿੰਦੇ ਹਾਂ। 55 HP ਤੱਕ ਦੀ ਇਹਦੀ PDO ਆ, ਅਤੇ ਜਿਹੜੀ ਇਹਦੀ 41 kW ਤੱਕ ਦੀ ਇਹਦੀ ਹੈਗੀ ਆ ਟੋਰਕ NM ਜਿਹਨੂੰ ਆਪਾਂ ਕਹਿ ਦਈਏ, ਅਤੇ 2100 ਅਤੇ ਇਹ ਯਾਨੀ ਕਿ ਵੀ ਇਹ 58 PS ਤੱਕ HP ਤੱਕ ਯਾਨੀ ਕਿ ਕਰ ਜਾਂਦਾ ਇਹ, ਅਤੇ ਜਿਵੇਂ ਕਹਿ ਦਈਏ ਵੀ 55 HP ਦੇ ਹਿਸਾਬ ਨਾਲ ਆਉਂਦਾ ਇਹ, ਵੈਸੇ ਤਾਂ 57 ਕਹਿ ਦਿੰਦੇ ਇਹਨੂੰ ਹੈ, ਵੈਸੇ ਗੂਗਲ ਦੇ ਉੱਤੇ ਜਿਹੜਾ ਕੁਛ ਲਿਖਿਆ 55 HP ਦੇ ਹਿਸਾਬ ਨਾਲ ਲਿਖਿਆ, ਬਾਕੀ ਇਹਦੀ ਹਾਲਾਂ ਦੇ ਉੱਤੇ ਸੁਪਰ ਹੀਟਰ ਦੇ ਉੱਤੇ ਅਤੇ ਰੋਟਾਵੀਟਰ ਤੋਂ ਚੱਲਦੀ ਜੀ ਆਪਣੇ ਇੱਕ ਅਲੱਗ ਵੀਡੀਓ ਬਣਾਈ ਹੋਈ ਆ, ਉਹ ਤੁਸੀਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਆਪਣੀ ਚੈਨਲ ਦੇ ਉੱਤੇ। ਪਾਵਰ ਆ 400 ਯਾਨੀ 41 kW ਤੱਕ ਦੀ ਆ, ਅਤੇ ਜਿਹੜੀ 217 ਵਾ ਜਿਹੜੀ ਇਹਦੀ ਉਹ NM ਟੋਰਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ, 217 ਟੋਰਕ NM, ਠੀਕ ਆ, ਅਤੇ 41 kW ਤੱਕ ਦੀ ਇਹਦੀ ਇੰਜਣ ਪਾਵਰ ਆ, ਯਾਨੀ ਕਿ 55 HP ਤੱਕ ਦਾ ਜ਼ੋਰ ਮਾਰਦਾ ਹੈ, ਵੈਸੇ ਤਾਂ 57 ਵੀ ਕਹਿ ਦਿੰਦੇ, ਮੈਂ ਵਾਰ ਵਾਰ ਰਿਪੀਟ ਕਰ ਦਿੰਦਾ, ਪੈਣ 'ਤੇ ਚੱਲਦੇ ਆ ਗਾਣੇ ਬਾਈ ਇਹਨਾਂ ਦੇ ਪੁਰਾਣੇ ਜਵਾਨੇ ਜਿਹੇ ਵਾਲੇ, ਕਹਿ ਦੀਏ ਤਾਂ 15-20 ਸਾਲ ਪੁਰਾਣੇ ਆਪਣੇ ਵਰਗ ਦਾ ਬਾਈ, ਨਵੇਂ ਨਵੇਂ ਜੇ ਸੁਣਦੇ ਆ, ਚੱਕ ਲਓ ਤਾਂ ਜਿਹੜਾ ਬਾਈ ਹੁਣੀ ਦੇਖ ਲਓ ਨਾ ਪੁਰਾਣੇ ਜੇ ਸੁਣਦੇ ਆ, ਸਰਾਂ ਹੀ ਲਾਈ ਆਉਂਦੇ ਨੇ। ਬਾਕੀ ਤੁਸੀਂ ਇਹ ਜ਼ਰੂਰ ਦੱਸਿਓ ਵੀ ਤੁਹਾਡੇ ਏਰੀਏ ਦੇ ਵਿੱਚ ਯਾਨੀ ਕਿ ਵੀ ਆਲੂ ਕਿੰਨਾ ਕੁ ਲੱਗਦਾ, ਜਾਂ ਤੁਹਾਡੇ ਵੀ 26 ਦਾ ਝਾੜ ਕਿੰਨਾ ਕੁ ਨਿਕਲਦਾ, 44 ਦਾ ਕਿੰਨਾ ਕੁ ਨਿਕਲਦਾ, ਸਾਡੇ ਜਿਹੜਾ 44 ਆ ਜੀ 44 ਗ੍ਰਾਮ ਹਲਕੇ ਦੇ ਵਿੱਚ ਯਾਨੀ ਕਹਿ ਦਈਏ ਯਾਨੀ ਕਿ 35-35 ਤੱਕ ਦੀ ਔਸਤ ਪੈ ਜਾਂਦੀ ਹੈ, 34-35 ਦਾ, ਕਿਸੇ ਦਾ ਭਾਵੇਂ 37 ਤੱਕ ਚਲਾ ਜਾਵੇ, ਜਿਹੜਾ ਬੰਦਾ ਯਾਨੀ ਕਿ ਕੇਅਰ ਕੂਰ ਜ਼ਿਆਦਾ ਕਰਦਾ ਨਾ, ਸੰਭਾਲ ਜਿਹਨੂੰ ਕਹਿ ਦਈਏ ਰੇਹ ਸਪਰੇ ਟਾਈਮ ਸਿਰ ਜਿਹਨੇ ਪਾਇਆ ਹੋਵੇ, ਜਿੰਨੇ ਟਾਈਮ ਦੇ ਉੱਤੇ ਇਹਨੂੰ ਝੋਨੇ ਨੂੰ ਚਾਹੀਦਾ, ਠੀਕ ਆ, ਜਿਹੜਾ 26 ਆ ਉਹ 30-31-32 31 ਜਿਹਨੂੰ ਕਹਿ ਦਈਏ ਇੰਨੀ ਔਸਤ ਪੈ ਜਾਂਦੀ ਆ, ਠੀਕ ਆ, ਬਾਕੀ ਸੰਭਾਲ ਦੇ ਸਿਰ 'ਤੇ ਆ, ਵਾਧਾ ਘਾਟਾ ਇਹਦੇ ਵਿੱਚ ਹੋ ਜਾਂਦਾ ਬਾਹਰ ਦਾ, ਠੀਕ ਹੈ, ਬਾਕੀ ਤਾਂ ਇਉਂ ਆ ਵੀ ਆਲੂ ਸਾਡੇ ਏਰੀਏ ਦੇ ਵਿੱਚ ਕਾਫੀ ਲੱਗ ਜਾਂਦਾ ਵਾ ਜਗਰਾਵਾਂ ਹਲਕੇ ਦੇ ਵਿੱਚ, ਅਤੇ ਇੱਧਰ ਸਾਡੇ ਨਾਲ ਆ ਜਾਂਦਾ ਵਾ ਡਾਂਗੀਆਂ ਏਰੀਆ, ਡਾਂਗੀਆਂ ਡੂੰਗੀਆਂ ਏਰੀਆ ਚੰਗਾ ਲਾਉਂਦਾ ਆਲੂ, ਕੌਂਕੇ ਪਿੰਡ ਵੀ ਚੰਗਾ ਵਧੀਆ ਲਾਉਂਦੇ ਆ, ਪਿੰਡ ਸਾਡਾ ਛੋਟਾ ਵਾ ਗੁਰੂ ਸਰ, ਅਤੇ ਪਰ ਆਲੂ ਸਾਡੇ ਪਿੰਡ ਵੀ ਚੰਗੇ ਲੱਗ ਜਾਂਦੇ ਨੇ, ਯਾਨੀ ਕਾਫੀ ਯਾਨੀ ਕਹਿ ਲਈਏ ਵੀ ਕਈ ਢੇਰੀਆਂ ਹੈਗੀਆਂ ਜਿਹੜੀਆਂ ਯਾਨੀ ਚੰਗੇ ਫਾਰਮ ਆ ਜਿਹੜੇ 40-50 ਕਿੱਲੇ ਦੀ ਖੇਤੀ ਜਿਹੜੇ ਕਰਦੇ ਆਲੂਆਂ ਦੀ, ਜਿਵੇਂ ਹੁਣ ਆਪਣੀ ਵੀਡੀਓ ਬਣ ਰਹੀ ਆ ਆਪਣੇ ਪੈਰਤਵਾਲ ਦੇ ਘਰ ਬਣ ਰਹੀ ਆ, ਖੇਤ ਦੇ ਵਿੱਚ ਬਣ ਰਹੀ ਆ, ਅਤੇ ਇਹ ਵੀ ਯਾਨੀ ਕਿ ਵੀ 20-25-30 ਕਿੱਲੇ ਦਾ ਇਹ ਵੀ ਲਾ ਦਿੰਦਾ ਵਾ, ਅਤੇ 20-30 ਦੇ ਕਿੱਲੇ ਵਿੱਚ ਕਦੇ ਵੱਧ ਘੱਟ ਕਰ ਲੈਂਦਾ, ਕਈ ਵਧਾ ਲੈਂਦਾ, ਹੈ ਨਾ, ਯਾਨੀ ਕਿ 20-30 ਇਹ ਲਾਉਂਦਾ, ਹੋਰ ਕਈ ਢਾਣੀਆਂ ਵਿੱਚ ਹੈਗੀਆਂ ਨੇ 50-80-80 ਕਿੱਲੇ ਵਾਲੀਆਂ, 100-100 ਕਿੱਲੇ ਵਾਲੀਆਂ ਵਿੱਚ ਹੈਗੀਆਂ ਨੇ, ਆਪਣੇ ਲਾ ਲੈਂਦੇ ਨੇ, ਜਿਵੇਂ ਇਹਦਾ ਡਾਂਗੀਆਂ ਹੋ ਗਿਆ, ਦੋਧਰ ਹੋ ਗਿਆ, ਇਹਦਾ ਏਰੀਆ ਬਹੁਤ ਲਾਉਂਦਾ ਆਲੂ, ਹੈ ਨਾ, ਮੋਗੇ ਏਰੀਆ ਚਲੇ ਜਾਂਦਾ ਦੋਧਰ ਪਿੰਡ, ਡਾਂਗੀਆਂ ਤੱਕ ਸਾਡੀ ਹੱਦ ਆ ਜਗਰਾਵਾਂ ਦੀ, ਅਤੇ ਡਾਂਗੀਆਂ ਨਾਲ ਹੀ ਗਾਹਾਂ ਦੋਧਰ ਪਿੰਡ ਹੋ ਜਾਂਦਾ ਪਰ ਦੋਧਰ ਪਿੰਡ ਆ ਜਾਂਦਾ ਮੋਗੇ ਦੇ ਵਿੱਚ, ਅਤੇ ਇੱਦੋਂ ਗਾਂ ਸਾਹਮਣੇ ਜਿਹੜਾ ਜਗਰਾਮ ਕੌਂਕੇ ਗਰਾਂ ਪਿੰਡ ਆ ਜੀ, ਗੁਰੂ ਸਰ ਕੌਂਕੇ ਨਾਂਸਰ ਦੀ ਬੈਕ ਸਾਈਡ, ਠੀਕ ਆ ਜੀ, ਉਹ ਯਾਨੀ ਕਿ ਵੀ ਜਗਰਾਮ ਯਾਨੀ ਕਿ ਵੀ ਲੁਧਿਆਣੇ ਜ਼ਿਲ੍ਹੇ ਦਾ ਆਖਰੀ ਪਿੰਡ ਆ ਮੋਗੇ ਵਾਲੇ ਪਾਸੇ ਨੂੰ ਆਉਂਦਿਆਂ ਨੂੰ, ਇੱਦੋਂ ਗਾਂ ਮੋਗਾ ਸ਼ੁਰੂ ਹੋ ਜਾਂਦਾ ਚੂੜ ਤੱਕ। ਬਾਕੀ ਝਾੜ ਵਗੈਰਾ ਦੂਰ ਦੱਸੋ ਵੀ ਤੁਹਾਡੇ 26 ਝਾੜ ਕਿੱਦਾਂ ਨਿਕਲਦਾ, ਸਾਡੇ 26 ਝਾੜ ਜਾਣੇ ਤੋਂ ਪਹਿਲਾਂ ਦੱਸਤਾ ਵੀ 30-31 ਦੀ ਔਸਤ ਪੈ ਜਾਂਦੀ ਹੈ, ਜੇ ਕੋਈ ਸੰਭਾਲ ਵੱਧ ਕਰਦਾ ਤਾਂ ਮਾੜਾ ਮਾੜਾ ਵੱਧ ਹੋ ਜਾਂਦਾ, ਕਈ ਵਾਰ 29 ਵੀ ਰਹਿ ਜਾਂਦਾ ਨਾ,
ਤੇ ਜਾਣੀ ਕਿ ਪੂਸਾ ਵਾ ਖਿੱਚ ਕੇ ਜਾਣੀ ਕਿ ਪੂਰਾ ਕਹਿ ਦਈਏ ਵੀ ਪੂਰਾ ਭਾਵੇਂ ਕਿਸੇ ਦਾ 37 ਚਲਾ ਜਾਂਦਾ ਹੋਵੇ, ਨਹੀਂ ਤਾਂ ਮੇਰੇ ਹਿਸਾਬ ਨਾਲ ਵੀ 35-35 ਤੱਕ ਦੀ ਔਸਤ ਪੈ ਜਾਂਦੀ ਆਮ 34-35 ਤੱਕ ਦੀ। ਜਿਹੜਾ ਬੰਦਾ ਜਾਣੀ ਕਿ ਰੇਹ ਸਪਰੇ ਪਾਣੀ ਦੀ ਨਿਗਾਹਸਾਨੀ ਟਾਈਮ ਸਿਰ ਕਰ ਰਿਹਾ ਰੱਖ ਰਿਹਾ, ਜਾਣੀ ਕਿ ਵੀ ਉਹਨਾਂ ਦਾ ਜਾਣੀ ਕਹਿ ਲਈਏ ਵੀ ਝੋਨਾ 37-37 ਤੱਕ ਚਲਾ ਜਾਂਦਾ, ਨਹੀਂ ਆਮ 34-35 34-35। ਠੀਕ ਆ ਜੀ, ਬਾਕੀ ਆਵਾਂ ਜਿਹੜਾ ਪਿੱਛੇ ਜੇ ਮੌਸਮ ਖਰਾਬ ਹੋ ਜਾਂਦੇ, ਅੱਜ 15 ਦਿਨ ਪਹਿਲਾਂ ਹਨੇਰੀ ਜੀ ਆਈ ਸੀ ਜਿਹੜੀ, ਉਹ ਜ਼ਰੂਰ ਦੱਸੋ ਵੀ ਤੁਹਾਡੇ ਏਰੀਏ ਦੇ ਵਿੱਚ ਝੋਨਾ ਡਿੱਗਿਆ ਕਿੰਨਾ ਕੁ ਹੋਇਆ। ਸਾਡੇ ਤਾਂ ਕੁਛ ਕੁ ਦੱਗੀਆਂ ਦੁੱਗੀਆਂ, ਕਈ ਵਾਰ ਤਾਂ ਜਮੀ ਥੱਲੇ ਬਹਿ ਗਈਆਂ, ਜਿਵੇਂ ਤਾਂ ਮਾੜਾ ਮੋਟਾ ਹੀ ਆ। ਇੱਧਰ ਆਪਣੇ ਪਾਲੀ ਸਾਈਡ ਜਿੱਥੇ ਮਸ਼ੀਨ ਚੱਲਦੀ ਨਾ ਖੇਤ ਦੇ ਪਾਲੀ ਪਾਸੇ ਇੱਕ, ਉਹ ਆਪਣੇ ਉਹ ਵੀ ਆਪਣੇ ਯਾਰ ਦੋ ਯਾਰ ਮਿੱਤਰ ਦਾ ਖੇਤ ਹੀ ਆ, ਕਹਿੰਦੇ ਉਹ ਥੋੜ੍ਹਾ ਜਿਹਾ ਜ਼ਿਆਦਾ ਜ਼ਿਆਦਾ ਡਿੱਗਿਆ ਹੋਇਆ, ਉਹ ਪਤਾ ਨਹੀਂ ਕੀ ਜ਼ਿਆਦਾ ਪਾਣੀ ਤਾਜ਼ਾ ਲੱਗਿਆ ਹੋਇਆ ਸੀਗਾ, ਉੱਤੋਂ ਜਾਣ ਨੂੰ ਰਾਤ ਨੂੰ ਜਿਹੜੀ ਹਨੇਰੀ ਆਈ ਆ, ਜਿਹੜੀ 10 ਕੁ ਦਿਨ ਪਹਿਲਾਂ ਜਿਹੜੀ ਹਨੇਰੀ ਆਈ ਆ ਨਾ, ਵੈਸੇ ਉਹਦੇ ਕਰਕੇ ਝੋਨਾ ਡਿੱਗ ਪਿਆ। ਅਦਰਵਾਈਜ਼ ਤਾਂ ਝੋਨਾ ਇੰਨਾ ਸਾਡੇ ਏਰੀਏ ਨਹੀਂ ਡਿੱਗਿਆ ਲੱਗਦਾ ਗਾ, ਜਿਹਦਾ ਡਿੱਗਿਆ ਵਾ ਤਾਂ ਕਾਫੀ ਡਿੱਗਿਆ, ਨਹੀਂ ਡਿੱਗਿਆ ਹੀ ਨਹੀਂ ਹੈ, ਨਹੀਂ ਤਾਂ ਮਾੜਾ ਮੋਟਾ ਇੰਨਾ ਡਿੱਗ ਡੁੱਗ ਕੇ ਸਰ ਗਿਆ। ਠੀਕ ਹੈ, ਪਰ ਉਹ ਪਾਣੀ ਦਾ ਕਾਰਨ ਹੋ ਸਕਦਾ ਵੀ ਤਾਜ਼ਾ ਤੁਜ਼ਾ, ਜਾਣੀ ਕਿ ਪਾਣੀ ਮੋਟਰ ਮੋਟਰ ਚੱਲੀ ਗਈ ਜਾਂ ਉੱਤੇ ਰਾਤ ਨੂੰ ਹਨੇਰੀ ਆ ਗਈ, ਤਾਂ ਉਹਦੇ ਕਰਕੇ ਵੀ ਥੋੜ੍ਹਾ ਘਣਾ ਫਰਕ ਪੈ ਗਿਆ ਹੈ ਨਾ। ਠੀਕ ਹੈ ਜੀ, ਬਾਕੀ ਤੁਸੀਂ ਆਪੋ ਆਪਣੀ ਰਾਏ ਜ਼ਰੂਰ ਦਿਓ ਵੀ ਝੋਨਾ ਕਿਹੜਾ ਲਾਉਣਾ ਚਾਹੀਦਾ, ਅਤੇ ਆਲੂਆਂ ਦਾ ਬੀਜ ਇੱਕ ਜ਼ਰੂਰ ਦੱਸਿਓ ਵੀ ਆਲੂਆਂ ਦਾ ਬੀਜ ਵੀਰ ਬਣ ਕੇ ਵੀ ਕਿਹੜਾ ਲਾਉਣਾ ਚਾਹੀਦਾ, ਡਾਇਮੰਡ ਸਹੀ ਹੈ ਜਾਂ ਪਖਰਾਜ ਸਹੀ ਹੈ LR ਸਹੀ ਹੈ, ਇਹ ਤੁਹਾਨੂੰ ਜ਼ਰੂਰ ਦੱਸਿਓ। ਬਾਕੀ ਝੋਨਾ ਕਟਾਈ ਕਟਾਉਣ ਵਾਸਤੇ ਮਸ਼ੀਨ ਕਿਸੇ ਵੀਰ ਭਰਾ ਨੇ ਲੈਣੀ ਆ, ਖਰੀਦਣੀ ਆ, ਵੇਚਣੀ ਆ, ਜਾਂ ਝੋਨੇ ਦੀ ਕਟਾਈ ਕਰਾਉਣੀ ਤਾਂ 94-71-22-23 ਦੇ ਉੱਤੇ ਕੰਟੈਕਟ ਕਰ ਸਕਦੇ ਹੋ, 94-71-22-23। ਜੇ ਤਾਂ ਟਾਂ ਡਿੱਗਿਆ ਨਾ ਜਿਵੇਂ ਆਪਾਂ ਚਲੋ ਮੀਂਹ ਜਾਂ ਹਨੇਰੀ ਜਾਂ ਹਨੇਰੀ ਨਾਲ ਡਿੱਗ ਪਿਆ ਤਾਂ ਨਾਲੇ ਦਾ ਪਤਾ ਕਿ ਤਾਜ਼ਾ ਪਾਣੀ ਲੱਗਿਆ ਹੋਊਗਾ ਅਤੇ ਨਾਲ ਹੀ ਹਨੇਰੀ ਆ ਗਈ ਉਹਦੀ ਰਾਤ ਨੂੰ ਜਿਹੜੀ ਆਈ ਆ, ਉੱਥੇ ਤਾਂ ਡਿੱਗ ਪਿਆ ਇਹ।